ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਮਾਥਾ ਟੇਕਣ ਜਾ ਰਹੀਆਂ ਨਾਲ ਵਾਪਰਿਆ ਇਹ ਪਾਣਾ ਸ਼ਾਈ ਸੋਗ ਦੀ ਲਹਿਰ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਮਾਥਾ ਟੇਕਣ ਜਾ ਰਿਹਾ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਸੋਗ ਦੀ ਲਹਿਰ ਫੈਲ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਰੂਪੜ ਕੌਮੀ ਮਾਰਗ ਤੋਂ ਸਾਹਮਣੇ ਘਟਨਾ ਆਈ ਹੈ ਜਿੱਥੇ ਭਿਆਨਕ ਸੜਕ ਹਾਦਸੇ ਵਿੱਚ ਸ਼ਰਧਾਲੂ ਦੀ ਮੌਤ ਹੋ ਗਈ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਨਾਲ ਇੱਕ ਟਿਪਰ ਟਕਰਾ ਗਿਆ ਜਿਸ ਕਾਰਨ ਸ਼ਰਧਾਲੂ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਸਮੇਂ ਰਾਜਪੂਰਾ ਦੇ ਝਾਸਲੇ ਪਿੰਡ ਤੋਂ ਕੁਝ ਸ਼ਰਧਾਲੂ ਪੈਦਲ ਹੀ ਸਫ਼ਰ ਤੈਅ ਕਰਕੇ ਨਾਨਾ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਸਨ ਇਹ ਤਸਵੀਰ ਉਹੋ ਦੇਖ ਸਕਦੇ ਹੋ ਜਿੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਖੜੇ ਨੇ ਇਸ ਜਗ੍ਹਾ ਤੇ ਹਾਦਸਾ ਵਾਪਰਿਆ ਹੈ ਇਨ੍ਹਾਂ ਸ਼ਰਧਾਲਵਾਂ ਦੇ ਪਿੱਛੇ ਆ ਰਹੇ ਟਿਪਰ ਇਨ੍ਹਾਂ ਦੇ ਉੱਪਰ ਚੜ ਗਿਆ ਜਿਸ ਕਾਰਨ ਸ਼ਰਧਾਲੂ ਇਸ ਦੀ ਚਪੇਟ ਵਿੱਚ ਆ ਗਏ ਤੇ ਕੁਝ ਸ਼ਰਧਾਲੂ ਟਿਪਰ ਦੂਰ ਦੇ ਤੱਕ ਖਿੱਚ ਕੇ ਨਾਲ ਲੈ ਗਿਆ ਉਹਨਾਂ ਦੇ ਸ਼ਰਧਾਲਵਾਂ ਨੂੰ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਚ ਰੈਫਰ ਕੀਤਾ ਗਿਆ ਜਿੱਥੇ ਇੱਕ ਦੀ ਮੌਤ ਹੋ ਗਈ ਆ ਉੱਥੇ ਹੀ ਪੰਜ ਸ਼ਰਧਾਲੂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਾਨਕ ਸੜਕ ਹਾਦਸਾ ਕੋਰਾਲੀ ਰੋਪੜ ਦੇ ਵਿੱਚਕਾਰ ਪਿੰਡ ਸਿੰਘ ਦੇ ਨਜ਼ਦੀਕ ਹੋਇਆ ਜਿੱਥੇ ਇਹ ਸ਼ਰਧਾਲੂ ਪੈਦਲ ਜਾ ਰਹੇ ਸਨ ਸੋ ਨੈਣਾ ਦੇਵੀ ਦੇ ਦਰਸ਼ਨਾਂ ਵਾਸਤੇ ਜਾ ਰਹੇ ਸਨ ਜਿੱਥੇ ਸ਼ਰਧਾਲਵਾਂ ਦੀ ਹੁਣ ਹਾਲਤ ਜ਼ਖਮੀ ਨੇ ਜਿਹੜੀ ਉਹਨਾਂ ਦੀ ਗੰਭੀਰ ਬਣੀ ਹੋਈ ਆ ਜੋ ਇਸ ਸਮੇਂ ਰੂਪਨਗਰ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਸੋ ਦੋਸਤੋ ਵੱਡੀ ਦੁੱਖਦਾਈ ਖਬਰ ਆ ਰਹੀ ਆ ਸੜਕ ਤੇ ਤੁਰਿਆਂ ਜਾਂਦੇ ਰਿਆਂ ਦੇ ਉੱਪਰ ਪਿੱਛੋਂ ਟਿਪਰ ਚੜ ਗਿਆ ਜਿਸ ਕਾਰਨ ਇੱਕ ਦੀ ਮੌਤ ਹੋ ਗਈ ਬਾਕੀਆਂ ਦੀ ਹਾਲਤ ਗੰਭੀਰ ਹੈ ਧੰਨਵਾਦ